ਖਾਸ ਤੌਰ ਤੇ ਸਾਡੇ ਐਡਮਿਨਿਸਟ੍ਰੇਸ਼ਨ ਨੇ ਵੀ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਡੀ ਕਾਰਪੋਰੇਸ਼ਨ ਨੇ ਤੇ ਵੱਖ ਵੱਖ MLA ਸਾਹਿਬਾਨਾਂ ਨੇ ਤੇ ਮੇਰੇ ਆਪਣੇ ਵੱਲੋਂ ਵੀ ਬਾਰ ਬਾਰ ਅਸੀਂ ਇਹਨਾਂ ਨੂੰ ਕਹਿੰਦੇ ਆ ਰਹੇ ਹਾਂ ਵੀ ਭਾਈ ਇਹ ਜਿਹੜੇ ਤਿੰਨੋਂ ਪੁਲ ਨੇ ਬਸਤੀ ਜੋਧੇਵਾਲ ਵਾਲਾ ਹੋ ਗਿਆ ਖਾਸ ਤੌਰ ਤੇ ਸਾਡਾ ਜਿਹੜਾ ਕੈਂਸਰ ਹੋਸਪਿਟਲ ਵਾਲਾ ਜਿਹੜਾ ਪੁਲ ਹੋ ਗਿਆ ਤੀਜਾ ਸਾਡਾ ਸ਼ੇਰਪੁਰ ਵਾਲਾ ਹੋ ਗਿਆ ਬਸਤੀ ਚੌਂਕ ਅਸੀਂ ਇਹਨਾਂ ਨੂੰ ਲਗਾਤਾਰ ਮਿਨਿਸਟਰੀ ਤੱਕ NHAI ਤੱਕ ਇਹਨਾਂ ਨੂੰ ਹਮੇਸ਼ਾ ਅਪੀਲ ਕਰਦੇ ਰਹੇ ਹਾਂ ਵੱਖ ਵੱਖ ਪਾਰਟੀਆਂ ਵੀ ਕਰਦੇ ਰਹੀਆਂ ਹੈ ਪਰ ਅੱਜ ਜਦੋਂ ਆਪਣੇ ਆਪ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਪ੍ਰੈਸ ਕਾਨਫਰੰਸ ਹੋਈ ਆ ਜਾਂ ਚਿੱਠੀਆਂ ਜਿਹੜੀਆਂ ਇਹਨਾਂ ਕੋਲ ਪਹੁੰਚੀਆਂ ਤੇ ਅੱਜ ਸੋਮਾ ਕੰਪਨੀ ਦੇ ਜਿਹੜੇ ਪ੍ਰੋਜੈਕਟ ਡਾਇਰੈਕਟਰ ਨੇ ਅੰਬਾਲੇ ਤੋਂ ਤੇ ਦੂਜੇ ਜਿਹੜੇ ਉਰੇ ਮੈਨੇਜਰ ਨੇ ਜਿਹੜੇ ਲਾਡੋਵਾਲ ਟੋਲ ਤੇ ਉਹ ਆਪ ਅੱਜ ਉਹਨਾਂ ਨੇ ਸੰਪਰਕ ਕੀਤਾ ਤੇ ਆਏ ਨੇ ਹੁਣ ਤੁਹਾਡੇ ਮੂਹਰੇ ਆਏ ਸੀ ਜਦੋਂ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਜੀ 2009 ਦੇ ਅਸੀਂ ਇਹ ਇੱਥੇ ਟੋਲ ਲਾਇਆ ਹੋਇਆ ਤੇ ਅਸੀਂ ਕਿਹਾ ਜੀ ਇਹ ਪੁਲ ਤੱਕ ਕੰਪਲੀਟ ਕਰਨੇ ਸੀ ਕਹਿੰਦੇ 2012 ਤੱਕ ਅਸੀਂ ਕੰਪਲੀਟ ਕਰਨੇ ਸੀ ਅੱਜ 2019 ਹੋ ਗਿਆ ਅਸੀਂ ਪੁੱਛਿਆ ਵੀ ਕਲੈਕਸ਼ਨ ਕਿੰਨੀ ਆ ਤੁਹਾਡੀ ਰੋਜ਼ ਦੀ ਤੇ ਤਕਰੀਬਨ 40 ਲੱਖ ਤੋਂ 50 ਲੱਖ ਰੁਪਈਆ ਡੇਲੀ ਦੀ ਇਸ ਇੱਕ ਟੋਲ ਤੇ ਤਿੰਨ ਟੋਲ ਨੇ ਇਹਨਾਂ ਦੇ ਟੋਟਲ ਇਹ ਵਾਲੇ ਟੋਲ ਤੇ 40 ਤੋਂ 50 ਲੱਖ ਦੀ ਰੋਜ਼ ਦੀ ਕਲੈਕਸ਼ਨ ਆ ਲੁਧਿਆਣੇ ਟੋਲ ਦੀ ਜੇ 5 ਸਾਲ ਚ ਲਾਈਏ ਤਾਂ ਉਹ 700 ਕਰੋੜ ਰੁਪਈਆ ਇਹ 5 ਸਾਲ ਚ ਲਾਡੋਵਾਲ ਟੋਲ ਤੋਂ ਇਕੱਠਾ ਕਰ ਚੁੱਕੇ ਆ ਤੇ 2009 ਤੇ 19 10 10 ਮਤਲਬ 1400 ਕਰੋੜ ਰੁਪਈਆ ਇਹ ਇਸ ਟੋਲ ਤੋਂ ਇਕੱਠਾ ਕਰ ਚੁੱਕੇ ਆ ਤੇ ਹੁਣ ਜਦੋਂ ਰੋਜ਼ ਕੋਈ ਨਾ ਕੋਈ ਇਹ ਪਹਿਲਾਂ ਮਿਨਿਸਟਰੀ ਨਾਲ ਕਰਦੇ ਰਹੇ ਜੀ ਸਾਨੂੰ ਹੋਰ ਪੈਸੇ ਦੀ ਲੋੜ ਆ ਅਸੀਂ ਇਹਦੇ ਡਿਜ਼ਾਈਨ 'ਚ ਆਹ ਤਬਦੀਲੀ ਆ ਗਈ ਫਿਰ ਇਹ ਕੋਰਟ 'ਚ ਚਲੇ ਗਏ ਸੁਪਰੀਮ ਕੋਰਟ ਚਲੇ ਗਏ ਉੱਥੋਂ ਕੋਰਟ ਨੇ ਇਹਨਾਂ ਨੂੰ ਰਾਹਤ ਦੇ ਦਿੱਤੀ ਕਿਉਂਕਿ ਮਿਨਿਸਟਰੀ ਇੱਕ ਵਾਰ ਕਹਿ ਰਹੀ ਸੀ ਵੀ ਤੁਸੀਂ ਜੇ ਕੰਮ ਨਹੀਂ ਕਰ ਰਹੇ ਤਾਂ ਕੰਮ ਥੋਤੋਂ ਅਸੀਂ ਵਾਪਸ ਲੈਂਦੇ ਹਾਂ ਕੋਰਟ 'ਚ ਜਿੱਤ ਗਏ ਕੋਰਟ ਨੇ ਇਹਨਾਂ ਨੂੰ ਕਹਿ ਤਾ ਵੀ ਚਲੋ ਕੰਪਲੀਟ ਕਰੋ ਤੁਸੀਂ ਕੰਮ ਉਹ ਕਈ ਸਾਲ ਉਸ 'ਚ ਨਹੀਂ ਗਏ ਕੇਸ 'ਚ ਹੁਣ ਕੋਰਟ ਨੇ ਵੀ ਕਹਿ ਤਾ ਹੁਣ ਫਿਰ ਇੱਕ ਨਵੀਂ ਅੜਚਨ ਫੇਰ ਅੜਾਤੀ ਵੀ ਕੰਮ ਨੂੰ ਕਿਵੇਂ ਅਸੀਂ ਕਿਉਂਕਿ ਇਹਦਾ ਇਹਨਾਂ ਦਾ ਟੋਲ ਦਾ ਜਿਹੜਾ ਟਾਈਮ ਆ ਉਹ ਹੈਗਾ 2024 ਤੱਕ 24 ਤੱਕ ਇਹਨਾਂ ਦੇ ਸਰਕਾਰ ਵੱਲੋਂ ਇਹਨਾਂ ਨੂੰ ਪਰਮਿਸ਼ਨ ਆ ਹੁਣ ਇਹਨਾਂ ਨੇ ਕੀ ਕੀਤਾ ਵੀ ਟੋਲ ਲੈਂਦੇ ਰਹੀਏ ਇਹ ਕੰਮ ਕਿਵੇਂ ਰੋਕ ਕੇ ਰੱਖੀਏ ਇੱਕ ਸਟੈਪ ਸਾਈਡ ਤੋਂ ਜਿਹੜੀ ਆ ਸਰਵਿਸ ਲੇਨ ਜਿਹੜੀ ਲੰਘਣੀ ਆ ਉਹਦੇ ਲਈ 32 ਕਰੋੜ ਰੁਪਈਆ ਹੋਰ ਮੰਗ ਲਿਆ ਚਿੱਠੀ ਲਿਖ ਕੇ ਵੀ ਸਾਨੂੰ ਜੇ 32 ਕਰੋੜ ਰੁਪਈਆ ਹੋਰ ਦਓਗੇ ਤਾਂ ਅਸੀਂ ਕੰਮ ਸ਼ੁਰੂ ਕਰਾਂਗੇ ਇੱਥੇ ਤੁਹਾਡਾ ਤਾਂ ਕੰਮ ਭਾਈ ਮੁੱਕਣਾ ਹੀ ਨਹੀਂ ਗਾ ਤੁਸੀਂ ਤਾਂ ਰੋਜ਼ ਕੋਈ ਨਾ ਕੋਈ ਇੱਕ ਚਿੱਠੀ ਮਹਿਕਮੇ ਨੂੰ ਕੱਢ ਦਿੰਦੇ ਹੋ ਉਹਦਾ ਜਵਾਬ ਉਡੀਕਦੇ ਰਹਿੰਦੇ ਹੋ ਫਿਰ ਕੱਢ ਦਿੰਦੇ ਹੋ ਤੇ ਇਹ ਕੰਮ ਕਦ ਪੂਰਾ ਹੋਊ ਹੁਣ ਇਹਨਾਂ ਨੂੰ ਅੱਜ ਸਾਫ਼ ਤੌਰ ਤੇ ਕਿਹਾ ਵੀ ਆਪਣੇ ਮਾਲਕਾਂ ਨੂੰ ਦੱਸ ਦਿਓ ਨੈਸ਼ਨਲ ਹਾਈਵੇ ਅਥਾਰਟੀ ਨੂੰ ਦੱਸ ਦਿਓ 27 ਤਰੀਕ ਤੱਕ ਉਹ ਤਿੰਨੋਂ ਪੁਲ ਚਾਲੂ ਕਰ ਲਓ ਉਦਣ ਜਿਵੇਂ ਕਿਹਾ ਸੀ ਵੀ ਤਿੰਨੋਂ ਪੁਲ ਸ਼ੁਰੂ ਕਰ ਲਓ ਉੱਥੇ ਕੰਮ ਚਲਵਾ ਲਓ ਨਹੀਂ ਆਪਣੇ ਆਪ ਹੀ 27 ਤਰੀਕ ਤੋਂ ਸਾਡੇ ਲੁਧਿਆਣੇ ਦੀਆਂ ਜਿਹੜੀਆਂ ਗੱਡੀਆਂ ਹੈ ਉਹਨਾਂ ਤੋਂ ਟੋਲ ਲੈਣਾ ਬੰਦ ਕਰੋ ਪਿਛਲਾ ਸਾਨੂੰ ਨਹੀਂ ਪਤਾ ਜਿਹੜੇ ਬਣ ਰਹੇ ਆ ਪੁਲ ਜਾਂ ਅਗਲੇ ਬਣ ਰਹੇ ਸਾਡੀ ਲੁਧਿਆਣੇ ਦੀ ਆ ਲੁਧਿਆਣੇ ਦੀ ਗੱਡੀ ਤੋਂ ਤੁਸੀਂ ਜਿਹੜਾ ਹੈ ਟੋਲ ਲੈਣਾ ਬੰਦ ਕਰ ਦਿਓ ਆਪਣੇ ਆਪ ਕਰ ਦਿਓ ਕਿਉਂਕਿ ਬਥੇਰਾ ਚਿਰ 40-40 ਲੱਖ ਰੋਜ਼ ਦਾ ਥੋੜਾ ਥੋੜੀ ਹੁੰਦਾ ਜੇ 2 ਮਹੀਨੇ ਤੁਸੀਂ ਨਹੀਂ ਲਓਗੇ ਤੇ ਯਾਰ ਮਨੁੱਖਤਾ ਮਾਨਵਤਾ ਦੀ ਸੇਵਾ ਹੀ ਕੰਮ ਹੀ ਕਰਨਾ ਨਾ ਤੇ ਲੋਕਾਂ ਦੇ ਪੈਸੇ ਜੇ ਤੁਸੀਂ ਨਹੀਂ ਕਰੋਗੇ 2 ਮਹੀਨੇ ਕੰਮ ਜਦ ਤੱਕ ਕਰਕੇ ਦਿਖਾ ਦਿਓ ਅਸੀਂ ਆਪ ਕਵਾਂਗੇ ਵੀ ਭਾਈ ਕਰੋ ਸਾਨੂੰ ਕੀ ਇਤਰਾਜ਼ ਬਿਟੂ ਉਹ ਤਾਂ ਕਹਿ ਰਹੇ ਨੇ ਕਿ NH1 ਦੀ ਜਿਹੜੀ ਪਰਮਿਸ਼ਨ ਹੈਗੀਆਂ ਉਹ ਹੀ ਨਹੀਂ ਸਾਨੂੰ ਕੰਪਲੀਟ ਹੋਈਆਂ ਇਸੇ ਕਰਕੇ ਅਸੀਂ ਕੰਮ ਰੋਕ ਕੇ ਬੈਠੇ ਹਾਂ ਮੈਂ ਤਾਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਨਾ ਆ ਚਿੱਠੀਆਂ 2 ਲਿਖ ਦਿੰਦੇ ਆ ਇੱਕ ਚਿੱਠੀ ਪਾ ਦਿੰਦੇ ਆ ਉਹਦੇ ਬਹਾਨੇ ਨਾਲ ਮਹੀਨੇ ਕੱਢ ਲੈਂਦੇ ਆ ਫਿਰ ਪਾ ਦਿੰਦੇ ਆ 6 ਮਹੀਨੇ ਕੱਢ ਲੈਂਦੇ ਆ ਲੈਣਗੇ ਆਪਣੇ ਪਰਮਿਸ਼ਨਾਂ ਹੁਣ ਜਦੋਂ 40 ਲੱਖ ਰੁਪਏ ਦੀ ਜਿਹੜੀ ਪੂੰਜੀ ਜੇਬ 'ਚ ਜਾਂਦੀ ਆ ਨਾ ਜਦੋਂ ਬੰਦ ਹੋਊਗੀ ਉਦੋਂ ਲੱਗੂ ਪਤਾ ਬਿਟੂ ਲੇਟ ਨਹੀਂ ਹੋ ਗਿਆ ਆਪਾਂ ਮੈਂ ਤਾਂ ਕਿਹਾ ਇਲੈਕਸ਼ਨ ਆ ਗਏ 4 ਸਾਲ ਆਪਣੇ 5 ਸਾਲ ਪੂਰੇ ਕੰਪਲੀਟ ਹੋ ਗਏ ਆਪਾਂ ਗੱਲ ਸੁਣ ਲਓ ਇਹ ਤਾਂ ਮੇਅਰ ਸਾਹਿਬ ਉਹਨਾਂ ਦੇ 5 ਸਾਲ ਪਏ ਆ MLA ਦੇ 5 ਸਾਲ ਪਏ ਆ ਮੇਰੀ ਤਾਂ ਇਲੈਕਸ਼ਨ ਨਾਲੇ ਇਲੈਕਸ਼ਨ ਤਾਂ ਹਰ 6 ਮਹੀਨੇ ਬਾਅਦ ਕੋਈ ਨਾ ਕੋਈ ਆ ਜਾਣੀ ਹੈ ਕਦੇ ਕਾਉਂਸਲਰ ਦੀ ਆ ਜਾਣੀ ਹੈ ਫਿਰ ਤੁਸੀਂ ਕਹੋਗੇ ਜ਼ਿਲ੍ਹਾ ਪਰਿਸ਼ਦ ਦੀ ਆ ਗਈ ਬਲਾਕ ਸਮਤੀ ਦੀ ਆ ਗਈ MLA ਦੀ ਆ ਗਈ MP ਦੀ ਆ ਗਈ ਇਸ਼ੂ ਤੁਸੀਂ ਚੁੱਕ ਰਹੇ ਹੋ ਇਹ ਮੈਂ ਇਸ਼ੂ 2014 'ਚ ਜੇ ਮੈਂ ਤੁਹਾਨੂੰ ਤਰੀਕ ਦਿਖਾਵਾਂ ਨਾ ਮੈਂ ਪਹਿਲਾਂ 2014 'ਚ ਪਾਰਲੀਮੈਂਟ ਦੇ ਸਦਨ 'ਚ ਪਹਿਲਾ ਕੁਐਸਚਨ ਜਿੱਦਣ ਮੈਂ MP ਬਣ ਕੇ ਗਿਆ ਸੀ ਔਨ ਰਿਕਾਰਡ ਮੇਰਾ ਪਹਿਲਾ ਕੁਐਸਚਨ ਇਹਦੇ ਬਾਰੇ ਸੀ ਤੇ ਇਸ ਕਰਕੇ ਇਹ ਤਾਂ ਚੱਲੀ ਜਾਣਾ ਕੰਮ ਤਾਂ ਰੋਜ਼ ਇਹ ਕੰਮ ਅੱਜ ਆ
ਤੇ ਬਾਕੀ ਇਸ ਦਾ 5 ਸਾਲ ਕੰਮਾਂ ਨੂੰ ਲੱਗੇ ਰਹੇ। ਇਹ ਥੋੜ੍ਹੀ ਜਿਹੀ ਗੱਲ ਵੀ ਜੇ ਇਹ ਅੱਜ ਕੰਮ ਇਹਦੀ ਅੱਜ ਗੱਲ ਕਰ ਲਈ ਤਾਂ ਮੇਅਰ ਸਾਹਿਬ ਨੂੰ ਕਹਿ ਦਿੰਦੇ ਭਾਈ ਤੁਸੀਂ ਬਹਿ ਜਾਓ, ਮੈਂ ਜੇ ਮੈਂ ਤੁਹਾਨੂੰ ਲੱਗਦਾ ਵੀ ਮੈਂ ਵੋਟਾਂ ਲਈ ਕਰ ਰਿਹਾ ਮੈਂ ਉੱਧਰ ਨਹੀਂ ਜਾਊਂਗਾ। ਮੈਂ ਕਹੂੰਗਾ ਸੁਣੋ ਤੁਸੀਂ ਨਾ, ਜੇ ਤੁਹਾਨੂੰ ਐਂ ਲੱਗਦਾ ਵੀ ਮੈਂ ਵੋਟਾਂ ਲਈ ਕਰ ਰਿਹਾ, ਮੈਂ ਤਾਂ ਅਪੀਲ ਕਰਦਾ ਵੀ ਸਾਰੇ MLA ਬਾਕੀ ਪਾਰਟੀਆਂ ਦੇ, ਅਸੀਂ ਤਾਂ ਜਦੋਂ ਬੈਂਸ ਸਾਹਿਬ ਨੇ ਕਦੇ ਕੀਤਾ ਬੰਦ ਕੀਤਾ ਉਹਨਾਂ ਦਾ ਵੀ ਸਵਾਗਤ ਕੀਤਾ, ਅਕਾਲੀ ਦਲ ਵਾਲੇ ਕਰ ਲੈਣਗੇ ਅਸੀਂ ਉਹਨਾਂ ਨਾਲ ਬਹਿ ਜਾਂਗੇ। ਹਰ ਚੀਜ਼ ਵੋਟ ਨਾਲ ਨਹੀਂ ਤੋ ਦੇਖਣੀ। ਜੇ ਤੁਸੀਂ ਕਹਿੰਦੇ ਹੋ ਮੈਂ ਵੋਟਾਂ ਲਈ ਕਰਦਾ, ਮੈਂ ਆਪਣੇ ਭਾਈ ਮੇਅਰ ਸਾਹਿਬ ਨੂੰ ਭੇਜ ਦੂੰਗਾ, MLA ਨੂੰ ਭੇਜ ਦੂੰਗਾ। ਇਹ ਗੱਲ ਹਰ ਚੀਜ਼ ਕੰਮ, ਮੈਂ ਤਾਂ ਪਤਾ ਨੀ ਕਿੰਨੇ ਐਜੀਟੇਸ਼ਨ ਧਰਨੇ ਕੀਤੇ ਆ ਇਸ ਕਰਕੇ। ਨਹੀਂ ਹੁਣ ਜੇ ਤੁਸੀਂ ਇਜਾਜ਼ਤ ਦਓਗੇ ਤਾਂ ਹੀ ਆ ਨਾ, ਜੇ ਕੱਲ 27 ਨੂੰ ਚਲੇ ਗਿਆ ਤੁਸੀਂ ਕਿਤੇ ਵੋਟਾਂ ਖਾਤਰ ਨਾ ਚਲਿਆ ਗਿਆ। ਇਸ ਕਰਕੇ ਮੈਂ ਮੇਅਰ ਸਾਹਿਬ ਨੂੰ ਹੋਰਾਂ ਨੂੰ ਭੇਜ ਦੂੰਗਾ, MLA ਨੂੰ ਭੇਜ ਦੂੰਗਾ, ਮੈਂ ਆਪ ਪਿੱਛੇ ਉਰੇ ਬਹਿ ਜਾਊਂਗਾ, ਮੈਂ ਸਾਰੇ ਵਰਕਰਾਂ ਨੂੰ ਭੇਜ ਦੂੰਗਾ। 27 ਤਰੀਕ ਨੂੰ ਜੇ ਇਹ ਕੰਮ ਸਟਾਰਟ ਨਹੀਂ ਕਰਨਗੇ ਤਿੰਨਾਂ ਪਲਾਂ ਤੇ ਤਾਂ ਲੁਧਿਆਣੇ ਵਾਲੇ ਢੋਲ ਨਹੀਂ ਦੇਣਗੇ, ਗੱਲ ਖਤਮ। ਸਭ ਕੁਛ ਕਰਾਂਗੇ, ਜੋ ਵੀ ਕਰਨਾ ਪਊ ਕਰਾਂਗੇ, ਇਹ ਢੋਲ ਨਹੀਂ ਚੱਲੇਗਾ।